ਫਰਵਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਬਾਕਸ ਆਫਿਸ ਤੇ ਇੱਕ ਹੋਰ ਫਿਲਮ ਦਸਤਕ ਦੇਣ ਜਾ ਰਹੀ ਹੈ। ਫਿਲਮ ਦਾ ਨਾਮ ਹੈ ਸ਼ੂਟਰ। ਇਹ ਫਿਲਮ ਗੈਂਗਸਟਰ ਸੁੱਖਾ ਕਾਲਵਾਂ ਦੀ ਜ਼ਿੰਦਗੀ ਤੇ ਫਿਲਮਾਈ ਗਈ ਹੈ। ਫਰਕ ਬਸ ਸੁੱਖੇ ਦੇ ਨਾਮ 'ਚ ਹੈ। ਫਿਲਮ 'ਚ ਸੁੱਖਾ ਕਾਲਵਾਂ ਦੀ ਥਾਂ ਮੁੱਖ ਕਿਰਦਾਰ ਦਾ ਨਾਮ ਸੁੱਚਾ ਰੱਖਿਆ ਗਿਆ, ਜਿਸ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਆਖਿਰ ਇੱਕ ਗੈਂਗਸਟਰ ਨੂੰ ਉਸ ਦੀ ਮੌਤ ਤੋਂ ਬਾਅਦ ਹੀਰੋ ਕਿਉਂ ਬਣਾਇਆ ਜਾ ਰਿਹਾ। ਫਿਲਮ ਦੇ ਟ੍ਰੇਲਰ 'ਚ ਹਥਿਆਰ, ਖੂਨ ਖਰਾਬਾ, ਕਤਲ ਤੇ ਮਾਰ ਕਟਾਈ ਦੇ ਸੀਨ ਹੀ ਨਜ਼ਰ ਆ ਰਹੇ ਨੇ। ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਅਦਾਕਾਰ ਵਿਜੇ ਰੰਧਾਵਾ ਨੂੰ ਗੈਂਗਸਟਰ ਸੁੱਖਾ ਕਾਲਵਾਂ ਦੀ ਹੂਬਹੂ ਦਿੱਖ ਦਿੱਤੀ ਗਈ ਹੈ, ਜਿਸ ਦਾ ਅੰਦਾਜ਼ਾ ਫਿਲਮ ਦੇ ਟ੍ਰੇਲਰ ਤੇ ਗੈਂਗਸਟਰ ਸੁੱਖਾ ਕਾਲਵਾਂ ਦੀ ਫੇਸਬੁੱਕ ਆਈਡੀ ਤੇ ਅਪਲੋਡ ਫੋਟੋਆਂ ਤੋਂ ਸਾਫ਼ ਲਗਾਇਆ ਜਾ ਸਕਦਾ। ਇਸ ਟ੍ਰੇਲਰ ਨੂੰ ਇੱਕ ਦਿਨ 'ਚ ਹੀ ਕਰੀਬ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ। ਜਾਣਕਾਰੀ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਮੋਹਾਲੀ ਦੇ ਆਸ-ਪਾਸ ਦੇ ਇਲਾਕਿਆਂ 'ਚ ਕੀਤੀ ਗਈ ਹੈ, ਜਿਸ ਦੇ ਨਿਰਮਾਤਾ ਚਰਨਜੀਤ ਸਿੰਘ ਨੇ ਜਦਕਿ ਇਸ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ ਕੀਤਾ। ਪਰ ਵੱਡਾ ਸਵਾਲ ਇਹ ਹੈ ਕਿ ਆਖਿਰ ਇੱਕ ਗੈਂਗਸਟਰ ਤੇ ਬਣਾਈ ਗਈ ਇਸ ਫਿਲਮ ਦੀ ਸ਼ੂਟਿੰਗ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਕਿਵੇਂ ਦੇ ਦਿੱਤੀ। ਸਵਾਲ ਇਹ ਵੀ ਹੈ ਕਿ ਕੀ ਪ੍ਰਸ਼ਾਸਨ ਇਸ ਫਿਲਮ ਦੀ ਸ਼ੂਟਿੰਗ ਤੋਂ ਬੇਖਬਰ ਸੀ? ਕੀ ਪੰਜਾਬ ਦੇ ਨੌਜਵਾਨਾਂ 'ਤੇ ਇਸ ਦਾ ਬੁਰਾ ਅਸਰ ਨਹੀਂ ਪਵੇਗਾ? ਕੀ ਵੱਧ ਪੈਸੇ ਕਮਾਉਣ ਦੇ ਚੱਕਰ 'ਚ ਕਿਸੇ ਗੈਂਗਸਟਰ ਨੂੰ ਹੀਰੋ ਬਣਾਉਣਾ ਜਾਇਜ਼ ਹੈ? ਕੀ ਸੁੱਖਾ ਕਾਲਵਾਂ ਦੇ ਵਿਰੋਧੀ ਗੈਂਗ ਫਿਲਮ ਤੋਂ ਬਾਅਦ ਐਕਟਿਵ ਨਹੀਂ ਹੋਣਗੇ? ਜ਼ਿਕਰਯੋਗ ਹੈ ਕਿ ਗੈਂਗਸਟਰ ਸੁੱਖਾ ਕਾਲਵਾਂ ਦਾ 2015 'ਚ ਪੁਲਿਸ ਕਸਟਡੀ 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਇਲਜ਼ਾਮ ਗੈਂਗਸਟਰ ਵਿੱਕੀ ਗੋਂਡਰ ਤੇ ਗੈਂਗਸਟਰ ਪ੍ਰੇਮਾ ਲਾਹੌਰੀਆ 'ਤੇ ਲੱਗੇ ਸਨ। ਸੋ ਸੁਭਾਵਿਕ ਹੈ ਕਿ ਗੈਂਗਸਟਰ ਸੁੱਖਾ ਕਾਲਵਾਂ 'ਤੇ ਬਣਾਈ ਗਈ ਇਸ ਫਿਲਮ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਪਹਿਲਾਂ ਤੋਂ ਹੀ ਗੈਂਗਸਟਰਾਂ ਨਾਲ ਜੂਝ ਰਹੇ ਪੰਜਾਬ 'ਚ ਹੋਰ ਗੈਂਗ ਐਕਟਿਵ ਹੋ ਸਕਦੇ ਨੇ। ਖੈਰ, ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਪ੍ਰਸ਼ਾਸਨ ਅਤੇ ਫਿਲਮ ਨਿਰਮਾਤਾਵਾਂ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਨੇ ਕਿ ਆਖਿਰ ਇੱਕ ਗੈਂਗਸਟਰ ਨੂੰ ਕਿਉਂ ਹੀਰੋ ਬਣਾਇਆ ਜਾ ਰਿਹਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ। ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।